ਇਹ ਸਟ੍ਰਿਕਟ ਮਲਟੀਪਲੀਕੇਸ਼ਨ ਪੀ ਕੇ ਸ਼੍ਰੀਨਿਵਾਸਨ ਦੇ ਕੰਮਾਂ 'ਤੇ ਆਧਾਰਿਤ ਹੈ। ਦੋ ਝਾੜੂ ਦੀਆਂ ਤਿੱਲੀਆਂ ਪੈਰਲਰ ਜਾਂ ਐਕਰੋਸ ਰੱਖੀਆਂ ਜਾ ਸਕਦੀਆਂ ਹਨ। ਜਦ ਅਸੀਂ ਇਸ ਨੂੰ ਐਕਰੋਸ ਰੱਖਾਂਗੇ ਤਾਂ ਉੱਥੇ ਸਿਰਫ ਇੱਕ ਜੰਕਸ਼ਨ ਹੋਵੇਗਾ, 1:1=1। ਤੁਸੀਂ ਇਸ ਨੂੰ 10:10 ਸਕੁਆਇਰ ਗ੍ਰਿਡ ਵਿੱਚ ਲਿਖ ਸਕਦੇ ਹੋ। ਹੁਣ ਦੋ ਡੰਡੀਆਂ ਹੋਰੀਜ਼ੈਂਟਲ ਅਤੇ ਵਰਟੀਕਲ ਰੱਖੋ। ਇਹਨਾਂ ਵਿੱਚੋਂ ਚਾਰ ਜੰਕਸ਼ਨਸ ਹਨ। ਹੁਣ ਚਾਰ ਆਪਣੇ ਸਕੁਆਇਰ ਗ੍ਰਿਡ ਵਿੱਚ ਲਿਖੋ। ਇੱਕ ਹੋਰ ਡੰਡੀ ਵਰਟੀਕਲ ਰੱਖਣ 'ਤੇ 6 ਜੰਕਸ਼ਨ ਹੋਣਗੇ ਅਤੇ 3:2=6। ਇਸੇ ਤਰ੍ਹਾਂ ਹੀ 3:3=9 ਅਤੇ 4:3=12। ਜੇਕਰ ਤੁਸੀਂ 9 ਡੰਡੀਆਂ ਹੋਰੀਜ਼ੈਂਟਲ ਅਤੇ 9 ਡੰਡੀਆਂ ਵਰਟੀਕਲ ਰੱਖੋਗੇ ਤਾਂ 81 ਜੰਕਸ਼ਨ ਹੋਣਗੇ। ਮਲਟੀਪਲੀਕੇਸ਼ਨ ਇੱਕ ਰਿਪੀਟਿਡ ਐਡੀਸ਼ਨ ਭਾਵ ਰਿਪੀਟਿਡ ਜੋੜ ਹੈ। ਹੁਣ ਤੁਸੀਂ ਆਪਣੇ ਗ੍ਰਿਡ ਵਿੱਚ 9:9 9×9=81 ਲਿਖ ਸਕਦੇ ਹੋ। ਜ਼ੀਰੋ ਨਾਲ ਮਲਟੀਪਲੀਕੇਸ਼ਨ ਇੱਕ ਐਬਸਟ੍ਰੈਕਟ ਇੱਕ ਵੇਗ ਜਿਹਾ ਕੌਨਸੈਪਟ ਹੈ, ਪਰ ਇਹ ਝਾੜੂ ਦੀਆਂ ਡੰਡੀਆਂ ਨਾਲ ਕੌਨਕ੍ਰੀਟਾਈਜ਼ਡ ਹੈ। 2:2 ਭਾਵ 2×2=4, ਜਿਵੇਂ ਕਿ ਇਸ ਵਿੱਚ 4 ਜੰਕਸ਼ਨਸ ਹਨ। ਇੱਕ ਵਰਟੀਕਲ ਡੰਡੀ ਹਟਾ ਕੇ ਇਹ 2:1=2 ਹੋ ਜਾਏਗਾ, ਜਿਸ ਵਿੱਚ 2 ਜੁਆਇੰਟਸ ਹਨ। ਹੁਣ ਆਖਰੀ ਵਰਟੀਕਲ ਡੰਡੀ ਨੂੰ ਵੀ ਚੁੱਕੋ। ਹੁਣ ਇਹ 2:0 ਜੋ ਕਿ 0 ਹੈ ਹੋ ਜਾਵੇਗਾ। ਇੱਕ ਹੋਰੀਜ਼ੋਂਟਲ ਸਟਿੱਕ ਜੁੜਨ 'ਤੇ 1:0 1:0=0 ਹੋ ਜਾਵੇਗਾ, ਅਤੇ ਆਖਰੀ ਡੰਡੀ ਚੁੱਕਣ 'ਤੇ 0:0 0:0=0 ਹੋ ਜਾਵੇਗਾ। ਹੁਣ ਇੱਕ ਮੋਟੀ ਕਾਗਜ਼ੀ ਸਟ੍ਰਿਪ ਲਵੋ ਜੋ ਕਿ 10 ਝਾੜੂ ਦੀਆਂ ਡੰਡੀਆਂ ਦੇ ਬਰਾਬਰ ਹੈ। ਹੁਣ ਇੱਕ ਸਟ੍ਰਿਪ ਨੂੰ ਦੂਜੀ ਸਟ੍ਰਿਪ ਉੱਤੇ ਦਿਖਾਏ ਅਨੁਸਾਰ ਰੱਖੋ ਅਤੇ ਇਸ ਜੰਕਸ਼ਨ ਦੀ ਵੈਲਿਊ 10:10 ਭਾਵ 10×10=100 ਹੋ ਜਾਵੇਗੀ। ਅਸੀਂ 2 ਡਿਜਿਟ ਦੀ ਮਲਟੀਪਲੀਕੇਸ਼ਨ ਕਰਾਂਗੇ। ਇੱਕ ਡੰਡੀ ਸਟ੍ਰਿਪ ਦੇ ਉੱਤੇ 10×1=10 ਹੋਵੇਗੀ। ਜੇਕਰ ਤੁਸੀਂ 2 ਡੰਡੀਆਂ ਰੱਖੋਗੇ ਤਾਂ ਵਰਟੀਕਲ ਨੰਬਰ ਦੀ ਇੱਕ ਸਟ੍ਰਿਪ ਅਤੇ 2 ਡੰਡੀਆਂ ਦਾ 12 ਨੰਬਰ ਹੋਵੇਗਾ। ਹੁਣ 3 ਡੰਡੀਆਂ ਅਤੇ 3 ਡੰਡੀਆਂ ਦਾ 13 ਹੋਵੇਗਾ। ਵਰਟੀਕਲ ਨੰਬਰ 13 ਅਤੇ ਹੋਰੀਜ਼ੋਂਟਲ ਨੰਬਰ 12 ਹੈ। ਹੁਣ ਤੁਸੀਂ 100 +10 +10 +10 +10 +10
ਪਲੱਸ 1 ਪਲੱਸ 1 ਪਲੱਸ 1 ਪਲੱਸ 1 ਪਲੱਸ 1 ਪਲੱਸ 1 ਨੂੰ ਐਡ ਕਰੋ ਅਤੇ ਇਸ ਦਾ ਉੱਤਰ 156 ਹੋਵੇਗਾ। ਤੁਸੀਂ ਡਿਸੈਕਸ਼ਨ ਆਫ ਮਲਟੀਪਲੀਕੇਸ਼ਨ ਦੇਖ ਸਕਦੇ ਹੋ।